Vaheguru Ji Ka Khalsa, Vaheguru Ji Ki Fateh. An update from the case of India versus West Midlands 3. There has been a massive turnaround in the case. The CPS have dropped the case on the West Midlands 3. But we believe it is due to political pressure and your support. Bendy, Ekman, please, everyone come quiet. Ekman, everyone calm down. The West Midlands 3. The West Midlands 3 are currently with their families and legal team preparing a statement which will be read out to the Sangat shortly. Vaheguru Ji Ka Khalsa. महाराज जी अपार कृपा दे नाल तुसीं सुनो सतसंग जी कि किन्नी सोहनी खबर तुहाडे आई है। इकट्ठ दा प्यार दा सबूत ਉਹ ਪਰਿਵਾਰ ਤੁਸੀਂ ਦੇ ਸਕਦੇ ਤੁਹਾਡਾ ਸ਼ੁਕਰਾਨਾ ਕਰ ਰਹੇ ਹੈਗੇ ਆ ਤੁਸੀਂ ਸਾਰੇ ਇਕੱਠੇ ਹੋਏ। ਮੈਂ ਮਨਜੋਤ ਸਿੰਘ ਨੂੰ ਆਖੂੰਗਾ ਕਿ ਉਹ ਪੰਜਾਬੀ 'ਚ ਉਹ ਆਪਣਾ ਬਿਆਨ ਕੇ ਦੇ ਸਕਣ ਕਿ ਉਹ ਕੀ ਇਸ ਵੇਲੇ ਉਹ ਕੀ ਖਬਰ ਆਈ ਆ ਲਾਈਵ ਇਸ ਵੇਲੇ ਲਾਈਵ ਆ ਮਿਸਟਰ ਬਸ਼ਰ ਕੌਰ ਦੇ ਬਾਅਦ ਤੁਸੀਂ ਲਾਈਵ ਸੁਣ ਰਹੇ ਕਿ ਉੱਥੇ ਦੀ ਸਰਕਾਰ ਨੇ ਕੇਸ ਡਰੋਪ ਕਰ ਦਿੱਤਾ ਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ ਤੁਹਾਨੂੰ ਬੇਨਤੀ ਆ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ ਜਿਨ੍ਹਾਂ ਨੇ ਇਹ ਕੇਸ ਪ੍ਰੈਜੈਂਟ ਕੀਤਾ ਸੀ ਉਹਨਾਂ ਨੇ ਹੁਣੇ ਹੁਣੇ ਇਹ ਕੇਸ ਡਰੋਪ ਕਰ ਦਿੱਤਾ ਆ। ਡਰੋਪ ਕਰਨ ਦੇ ਕਾਰਨ ਸਾਧ ਸੰਗਤ ਜੀ ਸਿਆਸੀ ਪ੍ਰੈਸ਼ਰ ਜਿਹੜਾ ਆਪਾਂ ਕਈ ਮਹੀਨਿਆਂ ਤੋਂ ਐਮਪੀਆਂ ਤੇ ਪਾਉਂਦੇ ਸੀ ਇਸ ਕਾਰਨ ਤੇ ਨਾਲ ਨਾਲ ਆਪ ਸੰਗਤ ਆਪ ਖਾਲਸੇ ਪੰਥ ਦੀ ਸਪੋਰਟ ਕਰਕੇ ਇਹ ਡਰੋਪ ਹੋ ਗਿਆ। ਸਾਧ ਸੰਗਤ ਜੀ ਬਹੁਤ ਚੜ੍ਹਦੀ ਕਲਾ ਵਾਲੀ ਗੱਲ ਆ ਤੇ ਇਹ ਪ੍ਰਤੀਕ ਆ ਕਿ ਇਹ ਖਾਲਸਾ ਪੰਥ ਕਿਸੇ ਵੀ ਹਕੂਮਤ ਕਿਸੇ ਵੀ ਗੌਰਮੈਂਟ ਦੇ ਨਾਲ ਲੜ ਕੇ ਜਿੱਤ ਪ੍ਰਾਪਤ ਕਰ ਸਕੇ। ਪੰਥ ਕੀ ਜੀਤ, ਪੰਥ ਕੀ ਜੀਤ, ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ, ਸੋਨਿਆ ਜੀਦੜੇ ਸਭ ਹੋਸੀ ਛਾਰਾ। ਸੱਚੇ ਸਤਿਗੁਰ ਬਾਜੋ ਕੋ ਨਹੀਂ ਪੈ ਕੱਟਣ ਹਾਰਾ। ਮੀਣੀਏ ਮਸੰਦੀਏ ਨੜੀ ਕੁੜੀ ਮਾਰਕੀ ਸਭਾ ਉਠਾਏ ਕੈ ਤੁਰਕਾਂ ਨੂੰ ਦੇ ਉਸ ਤਲੋ ਭਾਜਣਾ ਪਾਏ ਕੈ ਗੁਰਸਿੰਘਾਂ ਰਜੇ ਜੈਕਾਰ ਗਜਾਉਣ ਗਏ ਗੁਰਾਂ ਦੇ ਪਿਆਰੇ ਜਕਾਰੇ ਗਜਾਵੇ ਹਲੇ ਫਤਿਹ ਪਾਵੇ ਵੈਰੀ ਨੂੰ ਭਾਜਣਾ ਪਾਵੇ ਦੁਸ਼ਟਾਂ ਨੂੰ ਝਟਕਾਵੇ ਖਾਲਸੇ ਦੀ ਤੇਗ ਢੱਲੀ ਨਾ ਜਾਵੇ ਵੈਰੀ ਨੂੰ ਸੋਧਾ ਲਾਵੇ ਰਣ ਮੈਦਾਨੇ ਗੱਜਦੇ ਜਾਵੇ ਨਿਹਾਲ ਹੋ ਜਾਵੇ ਜੋ ਆਇਆ ਮਹਾਂਕਾਲ ਦੀ ਸ਼ਰਨ ਸੋ ਨਿਹਾਲ।